ਕੀ ਕਹੋਗੇ ਪ੍ਰਿੰਟਿੰਗ ਸਟਾਈਲ ਜਿਹੜੇ ਦਿਖਾਏ ਨੇ, ਦੋ ਕਲਚਰਸ ਦਿਖਾਏ ਨੇ, ਉਹਦੇ ਲਈ ਕੀ ਕਹੋ? ਆਪਣਾ ਸਮਾਂ ਯਾਦ ਆ ਗਿਆ, ਆਪਣਾ ਬਚਪਨ ਯਾਦ ਆ ਗਿਆ, ਹੈ ਨਾ, ਆਪਣਾ ਸਮਾਂ ਜੋ ਆਪਾਂ ਆਪਣੇ ਪੇਰੈਂਟਸ ਨਾਲ ਹੰਢਾਇਆ, ਜੋ ਆਪਣੇ ਬੱਚੇ ਆਪਣੇ ਨਾਲ ਹੰਢਾ ਰਹੇ ਨੇ, ਬਹੁਤ ਗੈਪ ਹੈ, ਉਸ ਗੈਪ ਨੂੰ ਕਵਰ ਕਰਨ ਦੀ ਲੋੜ ਹੈ ਮੈਮ। ਹੋਪ ਹੈ ਕਿ ਸਭੀ ਵੇਖੋ ਮੂਵੀ, ਆਪਣੇ ਬੱਚਿਆਂ ਨੂੰ ਵੀ ਸਿਹਤ ਮਿਲਦੀ ਹੈ ਅਤੇ ਖਾਸ ਕਰਕੇ ਵੱਡਿਆਂ ਨੂੰ ਵੀ ਸਿਹਤ ਮਿਲਦੀ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਕਿੱਦਾਂ ਵਿਚਰੀਏ, ਅਤੇ ਆਉਣ ਵਾਲਾ ਸਮਾਂ ਸ਼ਾਇਦ ਇਸ ਤੋਂ ਹੋਰ ਚੰਗਾ ਬਣ ਸਕਦਾ ਆ, ਪਰ ਜਿਵੇਂ ਦਾ ਅੱਜ ਦਾ ਸਮਾਜ ਜਾ ਰਿਹਾ ਹੈਗਾ, ਹੈ ਨਾ, ਟਾਈਮ ਹੈ ਨਹੀਂ ਪੇਰੈਂਟਸ ਕੋਲ ਬੱਚਿਆਂ ਵਾਸਤੇ ਜਾਂ ਆਪਣੀ ਫੈਮਿਲੀ ਲਈ ਨਹੀਂ ਹੈਗਾ, ਤਾਂ ਉਹਨਾਂ ਨੂੰ ਚਾਹੀਦਾ ਕਿ ਫਿਊਚਰ ਦੇ ਵਿੱਚ ਅਗਰ ਇਹੋ ਜਿਹੀਆਂ ਮੂਵੀਜ਼ ਬਣਦੀਆਂ ਰਹਿਣਗੀਆਂ ਤਾਂ ਸਾਡਾ ਕਲਚਰ, ਸਾਡਾ ਬਚਪਨ ਅਤੇ ਸਾਡਾ ਆਉਣ ਵਾਲਾ ਬੁਢਾਪਾ ਸੇਵ ਹੈ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ ਮੈਮ, ਥੈਂਕ ਯੂ। ਸੋ ਸ਼ਿੰਦਾ, ਸ਼ਿੰਦਾ ਨੋ ਪਾਪਾ, ਤੁਸੀਂ ਦੇਖ ਕੇ ਆਏ ਹੋ ਸਰ, ਸ਼ਿੰਦਾ ਸ਼ਿੰਦੇ ਨੂੰ ਦੇਖ ਕੇ ਆ ਰਹੇ ਹੋ, ਕੀ ਕਹੋਗੇ ਸ਼ਿੰਦੇ ਦੇ ਕਿਰਦਾਰ? ਮੈਂ ਫਿਲਮ ਬਹੁਤ ਵਧੀਆ, ਹਰ ਇੱਕ ਪੇਰੈਂਟਸ ਨੂੰ ਫਿਲਮ ਦਿਖਾਉਣੀ ਚਾਹੀਦੀ ਬੱਚਿਆਂ ਨਾਲ, ਮੈਂ ਬਹੁਤ ਵਧੀਆ ਫਿਲਮ, ਇੱਕ ਵਾਰੀ ਘੱਟੋ ਦੋ ਵਾਰਾਂ ਦੇਖੋ। ਦੋ ਵਾਰਾਂ ਤੇ ਕੀ ਕਹੋਗੇ ਪਿਓ ਪੁੱਤ ਦੀ ਜਿਹੜੀ ਜੁਗਲਬੰਦੀ ਹੈ ਰੀਅਲ ਲਾਈਫ 'ਚ, ਤਾਂ ਪਿਓ ਪੁੱਤ ਨੇ, ਪਰ ਔਨ ਸਕਰੀਨ ਫਿਲਮ 'ਚ ਕਿਵੇਂ ਲੱਗੀ? ਵੀ ਹੈ ਤਾਂ ਠੀਕ, ਉਹ ਸ਼ਿਕਸ਼ਾ ਦਿੱਤੀ ਹੈ ਪਿਓ ਪੁੱਤ ਦੀ, ਇੱਕ ਜੋੜੀ ਮਤਲਬ ਜਿਹੜੇ ਹੁੰਦੇ ਨਾ ਉਹ ਦੋਸਤ ਤਰ੍ਹਾਂ ਹੋਣੀ ਚਾਹੀਦੀ ਹੈ ਪਿਓ, ਫਿਲਮ ਦਾ ਇਹ ਸਿੱਖਦਾ ਪਿਓ ਜਿਹੜਾ ਕਦੀ ਬੱਚੇ ਵਾਸਤੇ ਮਾੜਾ ਨਹੀਂ ਸੋਚਦਾ। ਮੈਨੂੰ ਲੱਗਦਾ ਜਿਹੜਾ ਮੂਵੀ ਦੇਖੂਗਾ ਕੋਈ ਵੀ ਪਿਓ ਜਾਂ ਪੁੱਤ ਦੇ, ਇੱਕ ਵਾਰ ਧੜਕਣ ਜ਼ਰੂਰ ਉਹਦੀ ਤੇਜ਼, ਹੰਝੂ ਆਉਂਦੇ ਜੀ, ਧੜਕਣ ਦੇ ਦੂਰ ਦੇ ਹੰਝੂ ਆਉਂਦੇ, ਹੰਝੂ ਆਉਂਦੇ। ਥੈਂਕ ਯੂ ਸੋ ਮਚ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਤੁਸੀਂ ਸ਼ਿੰਦਾ ਸ਼ਿੰਦਾ ਨੋ ਪਾਪਾ ਦੇਖ ਕੇ ਆਇਓ? ਹਾਂਜੀ ਹਾਂਜੀ। ਦੱਸੋ ਕਿਵੇਂ ਦਾ? ਬਹੁਤ ਵਧੀਆ ਰਹੀ ਜੀ, ਬਹੁਤ ਵਧੀਆ। ਖਾਸ ਤੁਹਾਨੂੰ ਜਿਹੜਾ ਰਿਲੇਟ ਕਰ ਗਿਆ ਜਿਹੜਾ ਤੁਹਾਨੂੰ ਇਹਦੇ 'ਚ ਲੈਸਨ ਮਿਲਦਾ ਜੀ ਆਪਾਂ ਨੂੰ ਵੀ ਬੱਚੇ ਅਤੇ ਪਿਓ ਦਾ ਕੀ ਅਸਲ ਰਿਲੇਸ਼ਨ ਹੈ ਅਤੇ ਹੋਣਾ ਵੀ ਕਿਵੇਂ ਚਾਹੀਦਾ, ਉਸ ਚੀਜ਼ ਨੂੰ ਆਪਾਂ ਸਿੱਖ ਕੇ ਆਏ ਹਾਂ। ਚੰਗਾ ਲੱਗਿਆ ਦੇ, ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ। ਬਹੁਤ ਵਧੀਆ ਮੂਵੀ ਸੀ ਸਾਰੇ ਦੇਖ। ਸ਼ਿੰਦੇ ਨੂੰ ਕਿਵੇਂ ਲੱਗਿਆ ਦੇਖ ਕੇ, ਉਹਦੀ ਪਰਫਾਰਮੈਂਸ ਕਿਵੇਂ? ਬਹੁਤ ਵਧੀਆ। ਸਿੱਖ ਕੇ ਆਇਓ ਕੁਝ? ਕੋਈ ਲੈਸਨ ਲੈ ਕੇ ਆਇਓ ਜੀ? ਸਰ ਕੀ ਕਹੋਗੇ, ਤੁਹਾਡਾ ਤਜਰਬਾ ਕੀ ਕਹਿੰਦਾ? ਹਾਂ ਬਹੁਤ ਵਧੀਆ, ਬੱਚਿਆਂ ਨੇ ਜਿਹੜਾ ਸਿੰਦੇ ਦਾ ਰੋਲ ਬਹੁਤ ਵਧੀਆ, ਕੋਈ ਬਗਾਨਾਪਨ ਨਹੀਂ ਲੱਗਿਆ, ਔਰ ਲਾਸਟ ਜਿਹੜਾ ਐਂਡ ਹੈ ਐਂਡ ਹੀ ਬਹੁਤ ਵਧੀਆ ਕੱਢਿਆ। ਕੋਈ ਯਾਦ ਆਇਆ ਟਾਈਮ, ਕੋਈ ਬਾਪੂ ਦੀ ਕੋਟੇ ਦਾ? ਬਿਲਕੁਲ ਜੀ, ਵਨ ਆਫ ਦਾ ਬੈਸਟ ਮੂਵੀ ਹੈ, ਮਤਲਬ ਕਿ ਬਹੁਤ ਵਧੀਆ, ਜੋ ਅਸਲ ਮਤਲਬ ਕਿ ਆਪਾਂ ਨੂੰ ਅੱਜ ਦੀ ਲੋੜ ਹੈਗੀ ਹੈ, ਇੱਕ ਗੈਪ ਜਿਹੜਾ ਚੱਲ ਰਿਹਾ ਹੈਗਾ ਜਨਰੇਸ਼ਨ ਵਾਈਜ਼, ਉਹ ਉਹਨਾਂ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਸਕਸੈਸਫੁਲ ਹੋਏ ਹੈ ਮੈਸੇਜ ਦੇਣ ਦੇ ਵਿੱਚ, ਵੀ ਸੰਨ ਅਤੇ ਫਾਦਰ ਦਾ ਇੱਕ ਰਿਲੇਸ਼ਨ ਬਹੁਤ ਵਧੀਆ ਹੋਣਾ ਚਾਹੀਦਾ। ਕਿਵੇਂ ਨਿਭਾਇਆ ਔਨ ਸਕਰੀਨ ਸ਼ਿੰਦਾ ਗਰੇਵਾਲ ਅਤੇ ਗਿੱਪੀ ਗਰੇਵਾਲ? ਮੈਂ ਕਹਿੰਦਾ ਜੀ ਕੋਈ ਕਸਰ ਹੀ ਨਹੀਂ ਸੀਗੀ, ਗਿੱਪੀ ਸਾਹਿਬ ਦੇ ਤਾਂ ਅਸੀਂ ਸ਼ੁਰੂ ਤੋਂ ਹੀ ਫੈਨ ਹੈ, ਪਰ ਉਹਨਾਂ ਦੇ ਬੇਟਾ ਜਿਹੜਾ ਹੈਗਾ ਸ਼ਿੰਦਾ, ਉਹ ਵਾਕਈ ਮਤਲਬ ਇੱਕ ਕਲਾਕਾਰ ਹੈ, ਬਹੁਤ ਵਧੀਆ ਕਲਾਕਾਰ ਹੈ। ਪਿਆ ਸ਼ਿੰਦਾ, ਸ਼ਿੰਦਾ ਸ਼ਿੰਦਾ ਨੋ ਪਾਪਾ, ਬਹੁਤ ਵਧੀਆ ਮੂਵੀ ਸੀਗੀ ਜੀ, ਮਤਲਬ ਫਾਦਰ ਅਤੇ ਬੱਚੇ ਦਾ ਬਹੁਤ ਵਧੀਆ ਬੌਂਡਿੰਗ ਦਿਖਾਈ ਹੋਈ ਸੀ ਅਤੇ ਬਹੁਤ ਵਧੀਆ ਐਕਟਿੰਗ ਵੀ ਸੀਗੀ ਸ਼ਿੰਦਾ ਜੀ ਦੀ, ਸਾਰਿਆਂ ਨੂੰ ਦੇਖ ਲੈਣੀ ਚਾਹੀਦੀ। ਹਾਂਜੀ ਹਾਂਜੀ, ਫੈਮਿਲੀ ਨਾਲ ਬਹਿ ਕੇ ਦੇਖਣ ਵਾਲੀ ਮੂਵੀ ਹੈ, ਵਧੀਆ ਬੌਂਡਿੰਗ ਬਣੂਗੀ ਬੱਚਿਆਂ ਨਾਲ ਜਿਨ੍ਹਾਂ ਦੀ ਨਹੀਂ ਹੈ ਥੋੜ੍ਹੀ, ਅਤੇ ਜਿੱਦਾਂ ਫੋਰਨ 'ਚ ਬੱਚਿਆਂ ਦਾ ਵੀ ਪਤਾ ਲੱਗ ਰਿਹਾ ਨਾ ਕਿ ਉੱਧਰ ਦੀ ਸਟੱਡੀ ਉਹ ਇੱਦਾਂ ਦੀ ਹੈ, ਬੱਚੇ ਉਹ 'ਤੇ ਥੋੜ੍ਹਾ ਮਤਲਬ ਉੱਧਰ ਮਾਂ ਫਾਦਰ ਔਰ ਮਦਰ ਦੀ ਆ ਬੱਚਿਆਂ ਦੀ ਬੌਂਡਿੰਗ ਬਣ ਨਹੀਂ ਪਾ ਰਹੀ, ਵੀ ਉਹ ਥੋੜ੍ਹਾ ਜਿਹਾ ਆਪਣੇ ਇੱਧਰ ਜੋੜਨਾ ਚਾਹੀਦਾ ਪੰਜਾਬ ਨਾਲ ਬੱਚੇ। ਫਿਲਮ ਨਾਲ ਜੁੜਨਗੇ ਲੋਕ? ਹਾਂਜੀ ਹਾਂਜੀ ਜੁੜਨਗੇ। ਥੈਂਕ ਯੂ ਸੋ ਮਚ, ਥੈਂਕ ਯੂ ਸਰ। ਕਿਵੇਂ ਰਿਹਾ ਐਕਸਪੀਰੀਅੰਸ ਮੂਵੀ ਦਾ? ਵਧੀਆ ਸੀ, ਵਧੀਆ ਸੀ। ਕਿਵੇਂ ਕਿਵੇਂ ਲੱਗਿਆ ਕਿ ਖਾਸ ਜਿਹੜਾ ਤੁਹਾਨੂੰ ਪਸੰਦ ਆਇਆ? ਵਧੀਆ ਸੀ, ਪਹਿਲਾਂ ਕਮੇਡੀ ਸੀਗੀ, ਹੈ ਨਾ, ਬਾਅਦ ਜਿਹੜਾ ਮੈਸੇਜ ਮਿਲਿਆ ਉਹ ਬਹੁਤ ਵਧੀਆ ਸੀ। ਸ਼ਿੰਦੇ ਨੇ ਮੈਸੇਜ ਦਿੱਤਾ, ਸ਼ਿੰਦੇ ਲਈ ਕੀ ਖਾਸ ਮੰਨ ਦੇ ਵਿੱਚ? ਸ਼ਿੰਦੇ ਦੀ ਐਕਟਿੰਗ ਬਹੁਤ ਵਧੀਆ ਸੀਗੀ ਜੀ, ਅਤੇ ਇੱਕ ਵਾਰ ਤਾਂ ਇਮੋਸ਼ਨਲ ਕਰਤੇ ਸਾਰੇ। ਹਾਂ ਹਾਂ, ਬਹੁਤ ਵਧੀਆ ਸੀ। ਕਾਮਯਾਬ ਆਪਣੇ ਆਪਣੇ ਕੰਮ ਨੂੰ ਲੈ ਕੇ, ਜੋ ਉਹਨਾਂ ਨੇ ਟੀਚਾ ਮਿੱਥ ਜੋ ਮੈਸੇਜ ਉਹ ਦੇਣਾ ਚਾਹੁੰਦੇ ਸੀਗੇ ਉਹ ਡਿਲੀਵਰ ਹੋਇਆ ਹੈ, ਡਿਲੀਵਰ ਹੋਇਆ। ਮੈਮ ਕੀ ਕਹੋਗੇ ਗਿੱਪੀ ਗਰੇਵਾਲ ਤੇ ਸ਼ਿੰਦਾ ਗਰੇਵਾਲ ਦੋਨੋਂ ਪਿਓ ਪੁੱਤ ਦੀ ਜੋੜੀ ਲਈ? ਬਹੁਤ ਵਧੀਆ, ਸਾਡਾ ਤਾਂ ਬੇਟਾ ਖੁਦ ਕਹਿ ਰਿਹਾ ਕਿ ਮੇਰੇ ਨਾਮ ਵੀ ਪਾਪਾ ਸ਼ਿੰਦਾ ਰੱਖ ਦਿਓ। ਓਏ ਸ਼ਿੰਦੇ, ਸ਼ਿੰਦੇ ਆ ਗਿਆ ਚਿੰਦਾ ਦਾ ਨਾ, ਮਤਲਬ ਇੰਨਾ ਇੰਪੈਕਟ ਹੈ ਮੂਵੀ ਦਾ। ਬਿਲਕੁਲ ਬਿਲਕੁਲ, ਵਾਕਈ ਬਹੁਤ ਅੱਛੀ ਐਕਟਿੰਗ ਸੀਗੀ, ਬਹੁਤ ਵਧੀਆ ਮੂਵੀ ਸੀ, ਬਹੁਤ ਅੱਛਾ ਮੈਸੇਜ ਸੀ, ਸਾਰਿਆਂ ਨੂੰ ਦੇਖ ਲੈਣੀ ਚਾਹੀਦੀ। ਹਾਂਜੀ ਹਾਂਜੀ, ਸਭ ਨੂੰ ਦੇਖਣੀ ਚਾਹੀਦੀ। ਥੈਂਕ ਯੂ ਸੋ ਮਚ। ਕਿਵੇਂ ਰਹੀ ਸ਼ਿੰਦਾ ਸ਼ਿੰਦਾ ਨੋ ਪਾਪਾ ਦੇਖ ਕੇ ਆਇਓ? ਹਾਂਜੀ। ਕਿਵੇਂ ਲੱਗੀ?
ਵਧੀਆ ਮੂਵੀ ਇੰਜੋਏ ਕੀਤਾ ਹਾਂਜੀ ਮੈਂ ਪਾਪਾ ਦਾ ਪਿਆਰ ਯਾਦ ਆਇਆ ਫਿਰ ਮਾਰ ਯਾਦ ਆਈ ਹਾਂਜੀ ਹਾਂਜੀ ਵਧੀਆ ਫਿਲਮ ਦੋਨੋਂ ਚੀਜ਼ਾਂ ਯਾਦ ਹਾਂਜੀ ਮੈਮ ਕੀ ਕਹੋਗੇ ਵਧੀਆ ਲੱਗੀ ਹਾਂਜੀ ਅੱਖਾਂ ਚੰਜੂ ਵੀ ਆਏ ਹਾਂਜੀ ਆਏ ਬਹੁਤ ਅੱਛੀ ਹੈ ਜੀ ਬਹੁਤ ਇੰਜੋਏ ਸੋਹਣਾ ਨਿਕਲਿਆ ਜਦੋਂ ਐਂਡ ਤੇ ਆ ਨਾ ਥੋੜਾ ਲੱਗ ਰਿਹਾ ਵੀ ਅਸੀਂ ਵੀ ਥੋੜਾ ਗਲਤ ਕੀਤਾ ਬੱਚਿਆਂ ਦੇ ਨਾਲ ਸ਼ਿੰਦਾ ਕਾਮਯਾਬ ਹੋ ਗਿਆ ਫਿਰ ਆਪਣਾ ਮੈਸੇਜ ਦੇ ਹਾਂਜੀ 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 ਸਾਰਿਆਂ ਨੂੰ ਦੇਖਣੀ ਚਾਹੀਦੀ ਮੂਵੀ ਹਾਂਜੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਵਧੀਆ ਜੀ ਬਹੁਤ ਵਧੀਆ ਫਿਲਮ ਸ਼ਿੰਦੇ ਲਈ ਕੁਝ ਖਾਸ ਜੋ ਮਨ ਚ ਆ ਰਿਹਾ ਸ਼ਿੰਦੇ ਦੀ ਐਕਟਿੰਗ ਬਹੁਤ ਘੈਂਟ ਹੈ ਜੀ ਤੇ ਗਿੱਪੀ ਦੇ ਨਾਲ ਸ਼ਿੰਦੇ ਦੀ ਜਿਹੜੀ ਜੋੜੀ ਉਹਦੇ ਲਈ ਉਹ ਵੀ ਬਹੁਤ ਵਧੀਆ ਜੀ ਆਪਣਾ ਜਿਹੜਾ ਮੈਸੇਜ ਦੇਣਾ ਚਾਹੁੰਦੇ ਸੀ ਤੁਹਾਨੂੰ ਪਸੰਦ ਆਇਆ ਹਾਂਜੀ ਹਾਂਜੀ ਬਹੁਤ ਘੈਂਟ ਫਿਲਮ ਹੈ ਕਨਸੈਪਟ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਸ਼ੁਕਰੀਆ ਜੀ ਸੋ ਸ਼ਿੰਦਾ ਸ਼ਿੰਦਾ ਨੋ ਪਾਪਾ ਫੈਮਿਲੀਜ਼ ਆ ਰਹੇ ਮੈਮ ਕਿਵੇਂ ਰਹੀ ਸ਼ਿੰਦਾ ਦੇਖ ਕੇ ਆਇਓ ਬਹੁਤ ਵਧੀਆ ਜੀ ਇੰਜੋਏ ਕੀਤਾ ਹਾਂਜੀ ਬਹੁਤ ਵਨ ਵਰਡ ਫॉर ਸ਼ਿੰਦਾ ਗਰੇਵਾਲ ਸ਼ੀ ਇਜ਼ ਵੈਰੀ ਟੈਲੈਂਟਡ ਲੱਗਦਾ ਆਡੀਅנס ਨੂੰ ਆਉਣਾ ਚਾਹੀਦਾ ਮੂਵੀ ਦੇਖਣ ਹਾਂਜੀ ਜ਼ਰੂਰ ਆਉਣਾ ਚਾਹੀਦਾ ਥੈਂਕ ਯੂ ਮੇਰਾ ਬੱਚਾ ਸ਼ਿੰਦਾ ਹੀ ਹੈ ਸ਼ਿੰਦਾ ਹੀ ਹੈ ਬਾਈ ਸਾਰੇ ਆਪਣੇ ਸ਼ਿੰਦੇ ਲੈ ਕੇ ਸਪੈਸ਼ਲੀ ਇਹ ਸ਼ਿੰਦਾ ਹੀ ਦੇਖਣ ਵਾਸਤੇ ਆਇਆ ਮੈਂ ਯੂਨੀਵਰਸਿਟੀ ਤੋਂ ਇਹਨੂੰ ਸਪੈਸ਼ਲੀ ਆਪ ਛੁੱਟੀ ਲਈਏ ਤਾਂ ਕਿ ਇਹ ਸ਼ਿੰਦਾ ਦੇ ਸਕੇ ਐਂਡ ਇਟਸ ਵੈਰੀ ਨਾਈਸ ਮੈਮ ਕੀ ਕਹਿੰਦਾ ਤੁਹਾਡਾ ਐਕਸਪੀਰੀਅੰਸ ਜੋ ਇੱਕ ਗੈਪ ਦਿਖਾਇਆ ਕਲਚਰ ਡਿਫਰੈਂਸ ਇੱਕ ਪੇਰੈਂਟਿੰਗ ਦਾ ਹਾਂ ਐਜ਼ ਅ ਪ੍ਰੋਫੈਸਰ ਕਿ ਮੈਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਕਈ ਵਾਰ ਅਸੀਂ ਨਹੀਂ ਇਹ ਚੀਜ਼ ਤੋਂ ਇਰੀਟੇਟ ਹੋ ਕੇ ਆਪਣੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਬਟ ਇਟਸ ਬੈਟਰ ਕਿ ਉਹਨਾਂ ਨੂੰ ਡਿਫਰੈਂਸ ਸਮਝਾਇਆ ਜਾ ਸਕੇ ਕਿਉਂਕਿ ਸਾਡੇ ਮਾਂ ਬਾਪ ਨੇ ਵੀ ਸ਼ਾਹ ਚਪੇੜ ਮਾਰੀ ਹੋਣੀ ਹੈ ਔਰ ਆਪਾਂ ਖਾਧੀ ਵੀ ਆ ਸਾਨੂੰ ਲੱਗਦਾ ਸੀ ਇੱਦਾਂ ਹੀ ਹੁੰਦਾ ਬਟ ਅਸੀਂ ਵੀ ਆਰ ਐਜ਼ ਅ ਪੇਰੈਂਟ ਵੀ ਆਰ ਨੋਟ ਪ੍ਰੋਵਾਈਡਿੰਗ ਦੈਟ ਸਿਚੁਏਸ਼ਨ ਟੂ ਆਰ ਕਿਡ ਬਿਕੋਜ਼ ਇਟਸ ਆਲਸੋ ਅ ਸਿੰਗਲ ਚਾਈਲਡ ਐਂਡ ਆਈ ਡੋਂਟ ਵਾਂਟ ਟੂ ਬੀ ਕਿ ਇਹਨੂੰ ਲੱਗੇ ਕਿ ਮੇਰੇ ਫਰੈਂਡ ਹੀ ਹੈ ਪਾਪਾ ਨੂੰ ਮਿਸ ਕਰ ਰਿਹਾ ਬਟ ਠੀਕ ਹੈ ਬਟ ਮੈਂ ਕਹਿੰਦਾ ਅਸਲੀ ਸ਼ਿੰਦਾ ਇਹੀ ਹੈ ਸਾਡਾ ਉਹ ਸ਼ਿੰਦੇ ਦੀ ਪਰਫਾਰਮੈਂਸ ਲਈ ਕੀ ਕਹੋਗੇ ਜਿਹੜਾ ਫਿਲਮ 'ਚ ਐਡਾ ਸਟਰੋਂਗ ਮੈਸੇਜ ਲੈ ਕੇ ਆਇਆ ਹੀ ਡੈਫੀਨੇਟਲੀ ਲਾਈਕ ਹਿਜ਼ ਫਾਦਰ ਹੀ ਇਜ਼ ਪਰਫਾਰਮਿੰਗ ਵੈਰੀ ਵੈਲ ਇੰਨੀ ਛੋਟੀ ਉਮਰ ਤੋਂ ਹੀ ਮਤਲਬ ਉਹਨੇ ਉਹ ਗਹਿਰਾਈਆਂ ਨੂੰ ਈਵਨ ਉਹਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ ਐਂਡ ਹੀ ਵਿਲ ਡੂ ਵੈਰੀ ਮਤਲਬ ਨਾ ਵੈਲ ਇਨ ਕਮਿੰਗ ਮੁਝੇ ਨਹੀਂ ਪਤਾ ਉਨਕਾ ਜੋ ਬੜਾ ਬੇਟਾ ਹੈ ਉਹ ਥੋੜ੍ਹਾ ਡਿਫਰੈਂਟ ਬਟ ਇਹ ਤਾਂ ਬਿਲਕੁਲ ਹੀ ਮਤਲਬ ਐਸੇ ਹੈ ਮਤਲਬ ਪਕੜ ਗਏ ਜਿਹੜਾ ਤੁਸੀਂ ਲੈ ਕੇ ਆਏ ਸੀ ਮੈਸੇਜ ਬੱਚਿਆਂ ਲਈ ਉਹ ਪ੍ਰੋਪਰ ਕਨਵੇ ਕਰ ਗਿਆ ਸ਼ਾਇਦ ਪਹਿਲਾਂ ਲੱਗ ਰਿਹਾ ਸੀਗਾ ਬਟ ਲਾਸਟ ਦੇ ਵਿੱਚ ਜਿਹੜੇ ਉਹ ਸੀਨ ਸੀਗੇ ਅਤੇ ਗੂਸ ਬੰਬਸ ਵਾਲੇ ਸੀਗੇ ਕਿ ਜਦੋਂ ਪਾਪਾ ਨੂੰ ਚੋਟ ਲੱਗੀ ਔਰ ਬੇਟੇ ਨੂੰ ਕਿਵੇਂ ਦੋਨੋਂ ਇੱਕ ਦੂਜੇ ਲਈ ਕੇਅਰ ਦਿਖਾ ਰਹੇ ਸੀ ਔਰ ਇਹ ਸੱਚ ਹੈ ਇੱਦਾਂ ਹੀ ਹੁੰਦਾ ਆਪਾਂ ਜਿਵੇਂ ਪੇਰੈਂਟ ਜਿੰਨੇ ਮਰਜ਼ੀ ਉੱਪਰੋਂ ਸਖਤ ਹੋਣ ਅੰਦਰੋਂ ਜਾਨ ਨਿਕਲ ਜਾਂਦੀ ਹੈ ਜੇ ਬੱਚਾ ਮਾੜਾ ਜਿਹਾ ਖੰਘ ਵੀ ਲੈਂਦਾ ਰਾਤ ਨੂੰ ਹੈ ਨਾ ਅਤੇ ਇਟਸ ਵੈਰੀ ਨਾਈਸ ਐਕਸਪੀਰੀਅੰਸ ਆਪਣੇ ਥਰੂ ਆਡੀਅੰਸ ਨੂੰ ਕੀ ਕਹੋਗੇ ਦੇਖਣ ਦੇ ਲਈ ਮੂਵੀ ਨੂੰ I think they should watch this because it is very healthy movie ਤੁਹਾਡੇ ਬੱਚੇ ਤੁਹਾਡੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਓ ਉਹਨਾਂ ਨੂੰ ਦੱਸੋ ਕਿ ਐਕਚੁਅਲੀ ਸਿਸਟਮ 'ਚ ਕੀ ਹੋ ਰਿਹਾ ਔਰ ਕੀ ਹੋਣਾ ਚਾਹੀਦਾ ਸੀ ਛਿੰਦਾ ਛਿੰਦਾ ਨੋ ਪਾਪਾ ਕਿਵੇਂ ਲੱਗੀ ਤੁਹਾਨੂੰ ਮੂਵੀ ਹਾਂਜੀ ਬਹੁਤ ਅੱਛੀ ਲੱਗੀ ਵਧੀਆ ਜੀ ਪਰਿਵਾਰਕ ਫਿਲਮਾਂ ਹਾਂਜੀ ਮੈਮ ਤੁਹਾਨੂੰ ਕੁਝ ਯਾਦ ਆਇਆ ਆਪਣੇ ਵੇਲਾ ਬਿਲਕੁਲ 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 ਵਧੀਆ ਪਰਿਵਾਰਕ ਫਿਲਮ ਲੱਗਦਾ ਵੀ ਇਦਾਂ ਦੀ ਮੂਵੀ ਆਉਣੀ ਚਾਹੀਦੀ ਸੀ ਆਉਣੀ ਚਾਹੀਦੀ ਨੇ ਛਿੰਦੇ ਲਈ ਕੀ ਖਾਸ ਕਹੋਗੇ ਛਿੰਦੇ ਦੇ ਕੰਮ ਲਈ ਛਿੰਦੇ ਦੀ ਐਕਟਿੰਗ ਬਹੁਤ ਵਧੀਆ ਸੀ ਛਿੰਦਾ ਬੜਾ ਪਿਆਰਾ ਬੱਚਾ ਹੈ ਜੀ ਬਹੁਤ ਸੋਹਣੀ ਐਕਟਿੰਗ ਆਉਂਦੀ ਗਿੱਪੀ ਦੇ ਨਾਲ ਕਿਵੇਂ ਦੀ ਜੁਗਲਬੰਦੀ ਰਹੀ ਦੋਨੋਂ ਪਿਓ ਬਹੁਤ ਸੋਹਣੀ ਲੱਗੀ ਜੀ ਪਿਓ ਪੁੱਤ ਦੀ ਜੋੜੀ ਦੇਖ ਕੇ ਆਇਓ ਤੁਸੀਂ ਦੱਸੋ ਸਰ ਕਿਵੇਂ ਲੱਗੀ ਬਹੁਤ ਵਧੀਆ ਮੂਵੀ ਲੱਗੀ ਜੀ ਗਿੱਪੀ ਗਰੇਵਾਲ ਇੱਕ ਟਾਈਪ ਤੋਂ ਉਹਨਾਂ ਨੇ ਕਹਿ ਸਕਦੇ ਆ ਵੀ ਫਾਦਰ ਔਰ ਸਨ ਦੇ ਵਿੱਚ ਤਾਂ ਬੌਂਡ ਬਹੁਤ ਵਧੀਆ ਦੱਸਿਆ ਉਹਨਾਂ ਨੇ ਜੋ ਕਿ ਅੱਜ ਦੀ ਜਨਰੇਸ਼ਨ ਨੂੰ ਵੀ ਵਧੀਆ ਸਮਝਣਾ ਚਾਹੀਦਾ ਮੂਵੀ ਦੇ ਹਿਸਾਬ ਨਾਲ ਬਹੁਤ ਚੰਗੀ ਲੱਗੀ ਹਾਂਜੀ ਹਾਂਜੀ ਬਹੁਤ ਵਧੀਆ ਪੰਜ ਨੰਬਰ ਦੇਣੇ ਹੁਣ ਮੂਵੀ ਨੂੰ ਰੇਟਿੰਗ 8 ਸ਼ਿੰਦੇ ਲਈ ਖਾਸ ਇੱਕ ਸ਼ਬਦ ਸ਼ਿੰਦੇ ਦੀ ਐਕਟਿੰਗ ਬਹੁਤ ਵਧੀਆ ਸੀ ਵੈਸੇ ਵੀ ਉਹਨੇ ਕਿਉਂਕਿ ਵਧੀਆ ਐਕਟ ਕੀਤਾ ਇਸ ਹਿਸਾਬ ਨਾਲ ਸੋ ਜੀ ਛਿੰਦਾ ਛਿੰਦਾ ਨੋ ਪਾਪਾ ਸਰ ਵੀ ਦੇਖ ਕੇ ਆਏ ਨੇ ਸਰ ਕਿਵੇਂ ਲੱਗੀ ਮੂਵੀ ਤੁਹਾਨੂੰ ਬੜੀ ਵਧੀਆ
ਸਰ ਕਿਵੇਂ ਨਜ਼ਰੀਆ ਤੁਹਾਡਾ ਕੀ ਕਹਿੰਦਾ ਹੈ ਜੋ ਇੱਕ ਗੈਪ ਦਿਖਾਇਆ ਹੈ ਏਜ ਦਾ ਡਿਫਰੈਂਸ ਉਹ ਪੁਰਾਣਾ ਤੇ ਹੁਣ ਬਹੁਤ ਅੱਛੀ ਚੀਜ਼ ਦਿਖਾਈ ਹੈ ਚੰਗੀ ਲੱਗਿਆ ਤੁਹਾਨੂੰ ਹਾਂ ਬਹੁਤ ਅੱਛਾ ਜਿਹੜੀ ਕੋਸ਼ਿਸ਼ ਕੀਤੀ ਹੈ ਡਾਇਰੈਕਟਰ ਨੇ ਰਾਈਟਰ ਨੇ ਉਹ ਚੀਜ਼ ਦਿਖਾਉਣ ਦੀ ਉਹ ਸਮਝ 'ਚ ਮੈਂ ਤੁਹਾਨੂੰ ਤੁਹਾਡਾ ਤਜਰਬਾ ਕੀ ਕਹਿੰਦਾ ਇਸ ਨੂੰ ਲੈ ਕੇ ਨਹੀਂ ਬੱਚਿਆਂ ਨੂੰ ਨਹੀਂ ਮਾਰਨਾ ਚਾਹੀਦਾ ਆਪਣੇ ਟਾਈਮ ਤਾਂ ਤੁਸੀਂ ਕੁੱਟ ਕੁੱਟ ਮਾੜੀ ਮੋਟੀ ਖਾਧੀ ਉਹ ਤਾਂ ਖਾਧੀ ਹੋਈ ਹੈ ਯਾਦ ਆਇਆ ਉਹ ਪਲ ਹਾਂ ਉਹ ਸਭ ਬਹੁਤ ਬਹੁਤ ਅੱਛੀ ਮੂਵੀ ਬਣਾਈ ਹੈ ਲੱਗਦਾ ਸਾਰਿਆਂ ਨੂੰ ਦੇਖ ਲੈਣੀ ਚਾਹੀਦੀ ਹਾਂ ਬਿਲਕੁਲ ਬਿਲਕੁਲ ਸ਼ੁਕਰੀਆ ਜੀ ਧੰਨਵਾਦ ਬਹੁਤ ਬਹੁਤ ਸੋ ਸ਼ਿੰਦਾ ਸ਼ਿੰਦਾ ਨੋ ਪਾਪਾ ਸਾਰੇ ਆਪਣੇ ਸ਼ਿੰਦਾ ਸ਼ਿੰਦਾ ਨੋ ਪਾਪਾ ਕੀ ਕਹੋਗੇ ਸ਼ਿੰਦਾ ਸ਼ਿੰਦਾ ਲਈ ਸ਼ਿੰਦੇ ਲਈ ਕੀ ਕਹੋ ਬਹੁਤ ਵਧੀਆ ਇੰਜੋਏ ਕੀਤਾ ਹਾਂਜੀ ਗਿੱਪੀ ਹੋਰਾਂ ਦਾ ਪਰਫਾਰਮੈਂਸ ਹੈ ਨਾਲ ਤੁਸੀਂ ਕੁੱਟ ਖਾਧੀ ਕਦੇ ਬਾਪੂ ਬੋਲੀ ਖਾਧੀ ਹੈ ਜੀ ਅੱਜ ਯਾਦ ਆਇਆ ਫਿਰ ਬਾਪੂ ਬਿਲਕੁਲ ਬਿਲਕੁਲ ਜੀ ਇਮੋਸ਼ਨਲ ਵੀ ਹੋਏ ਬਿਲਕੁਲ ਥੋੜੇ ਜਿਹਾ ਲੱਗਦਾ ਸਾਰੇ ਦੋਸਤਾਂ ਨੂੰ ਦੇਖ ਲੈਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਦੇਖਣੀ ਚਾਹੀਦੀ ਹੈ ਜੀ ਥੈਂਕ ਯੂ ਸੋ ਮਚ